ਗੁਰਦਾਸਪੁਰ ਦੇ ਹਾਈਫਾਈ ਸਰਕਾਰੀ ਹਸਪਤਾਲ ਦੇ ਵਿੱਚ ਲੱਖਾਂ ਦੀ ਲਾਗਤ ਦੇ ਨਾਲ ਫੁੱਲੀ ਆਟੋ ਇਨਵੋਲਵਮੈਂਟ ਟੈਸਟ ਮਸ਼ੀਨ ਪਿਛਲੇ 10 ਦਿਨਾਂ ਤੋਂ ਖਰਾਬ ਹੋਣ ਦੇ ਕਾਰਨ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਡਾਕਟਰਾਂ ਦਾ ਕਹਿਣਾ ਕਿ ਉਹਨਾਂ ਨੇ ਵਿਭਾਗ ਨੂੰ ਸੂਚਿਤ ਕਰ ਦਿੱਤਾ ਅਤੇ ਜਲਦੀ ਹੀ ਮਸ਼ੀਨ ਸਹੀ ਕਰ ਦਿੱਤੀ ਜਾਵੇਗੀ। ਮੋਬਾਈਲ ਦਾ ਟੈਸਟ ਦਿੱਤਾ ਜੀ ਅਸੀਂ ਤੇ 13ਵਾਂ ਨੰਬਰ ਜੀ ਸਾਡਾ ਤੇ 11:15 ਹੋ ਗਏ ਜੀ ਹੁਣ 13ਵਾਂ ਨੰਬਰ ਜੀ ਸਾਡਾ ਤੇ 9 ਵਜੇ ਦਾ ਹੀ ਖੂਨ ਦਿੱਤਾ ਜੀ। ਟੈਸਟ ਸਾਡੇ ਆ ਪਤਾ ਨਹੀਂ ਕਿੰਨੇ ਲਿਖੇ ਆ ਤੇ ਕਿੰਨੇ ਇਹਨਾਂ ਨੇ ਕੀਤੇ ਆ ਇਹ ਗੱਲ ਦਾ ਸਾਨੂੰ ਪਤਾ ਨਹੀਂ ਜੀ। ਹਾਂਜੀ ਹਜੇ ਤਾਂ ਰਿਪੋਰਟ ਨਹੀਂ ਸਾਨੂੰ ਮਿਲੀ, 11:15 ਹੋ ਗਏ ਆ। ਇਹ ਆਉਂਦੇ ਕਿ ਆ ਜਾਂਦੀ ਹੈ ਜਦੋਂ ਪਤਾ ਕਰਨੇ। ਸਰ ਮੈਂ ਸਵੇਰ ਦਾ 9 ਵਜੇ ਦਾ ਆਇਆ ਜੀ, 9 ਵਜੇ ਦਾ ਆਇਆ ਤਾਂ 12 ਵਜੇ ਚੱਲੇ 11 ਅਤੇ ਕੋਈ ਟੈਸਟ ਕੋਈ ਰਿਪੋਰਟ ਨਹੀਂ ਮਿਲਦੀ ਪਈ, ਕੋਈ ਟੈਸਟ ਵੀ ਪੂਰੇ ਨਹੀਂ ਸਰ ਲੈਂਦੇ। ਟੈਸਟ 3 ਵਜੇ ਬਾਕੀ ਕੀਤੇ ਨਹੀਂ ਆ। ਪਰਸੋਂ ਆਇਆ ਤਾਂ ਪਰਸੋਂ ਮੈਨੂੰ 12 ਵਜੇ ਦਾ ਟਾਈਮ ਦਿੱਤਾ, 8 ਵਜੇ ਦਾ ਸਵੇਰ ਦੇ ਆਣ ਕੇ ਬੈਠੇ, 9 ਵਜੇ ਦਾ ਵੇਖੋ ਅਜੇ ਤੱਕ ਕੋਈ ਰਿਪੋਰਟ ਨਹੀਂ ਮਿਲੀ। ਕਹਿੰਦੇ ਮਿਲ ਜਾਂਦੀ ਅੱਧੇ ਘੰਟੇ ਬਾਅਦ ਅੱਧਾ ਘੰਟਾ ਹੋਰ ਨਹੀਂ ਤਿਆਰ ਹੈ। ਸਾਡੀ ਫੁੱਲੀ ਆਟੋਮੈਟਿਕ ਮਸ਼ੀਨ ਪਿਛਲੇ 10 ਕੁ ਦਿਨਾਂ ਤੋਂ ਖਰਾਬ ਹੈਗੀ ਹੈ ਅਤੇ ਅਸੀਂ ਵਿਭਾਗ ਨੂੰ ਸੂਚਿਤ ਕਰਤਾ ਹੈ। ਸਾਡੀ ਸੈਮੀ ਆਟੋਮੈਟਿਕ ਮਸ਼ੀਨ ਹੈ ਜਿਹੜੀ ਚੱਲ ਰਹੀ ਹੈ, ਉਹ 'ਚ ਹੈ ਕਿ ਥੋੜ੍ਹਾ ਟਾਈਮ ਜ਼ਰੂਰ ਲੱਗਦਾ, ਬਟ ਰਿਜ਼ਲਟਸ ਆ ਜਾਂਦੇ ਆ 2-3 ਘੰਟੇ ਦੇ ਵਿੱਚ। ਅਸੀਂ ਉਹਦੇ ਹਿਸਾਬ ਨਾਲ ਰਿਪੋਰਟਸ ਦੇ ਰਹੇ ਹਾਂ। ਅੱਜ ਸਾਡਾ ਇੰਜੀਨੀਅਰ ਵੀ ਆ ਗਿਆ ਅਤੇ ਉਹ ਮਸ਼ੀਨ ਠੀਕ ਕਰ ਰਿਹਾ ਅਤੇ ਹੋਪਫੁਲੀ ਅੱਜ ਠੀਕ ਹੋ ਜਾਏਗੀ ਮਸ਼ੀਨ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ, ਪੈਰੇਦਾ TV।